ਬੌਬਿੰਗ ਤਿੱਤਲੀ ਬਹੁਤ ਹੀ ਕਲਾਤਮਕ ਖਿਡੌਣਾ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ 2 ਹਾਰਡ ਕਾਰਡ ਸ਼ੀਟਾਂ 9x7 ਸੈਂਟੀਮੀਟਰ, ਧਾਗਾ ਅਤੇ ਸਕੈਚ ਪੈਨ ਦੀ ਲੋੜ ਹੈ। ਕਾਰਡਾਂ 'ਤੇ ਅੱਧੇ ਕੱਟ ਲਗਾਓ ਅਤੇ ਉਹਨਾਂ ਨੂੰ ਇੰਟਰਲੌਕ ਕਰੋ ਤਾਂ ਜੋ ਉਹ ਤਿੱਤਲੀ ਦੀ ਤਰ੍ਹਾਂ ਖੁੱਲ੍ਹ ਕੇ ਬੰਦ ਹੋ ਸਕਣ। ਅੱਧੀ ਤਿੱਤਲੀ ਬਣਾਓ ਅਤੇ ਦੋਨਾਂ ਤਹਿਾਂ ਨੂੰ ਕੱਟੋ ਤਾਂ ਕਿ ਐਂਟੀਨੇ ਵਾਲੀ ਤਿੱਤਲੀ ਬਣਾਈ ਜਾ ਸਕੇ। ਉਸਨੂੰ ਸਿੱਧਾ ਕਰੋ ਅਤੇ ਉਸਦੇ ਜੁਆਇੰਟਸ 'ਤੇ ਟੇਪ ਲਗਾਓ ਤਾਂ ਜੋ ਦੋਨੋਂ ਹਿੱਸੇ ਹਿਲਣ ਨਾ। ਹੁਣ ਤਿੱਤਲੀ ਨੂੰ ਰੰਗ ਭਰੋ ਅਤੇ ਸਜਾਓ। ਹੁਣ ਦਿਖਾਏ ਅਨੁਸਾਰ 4 ਮੋਰੀਆਂ ਕਰੋ, 2 ਖੱਬੇ ਅਤੇ 2 ਸੱਜੇ ਪਾਸੇ। ਉਹਨਾਂ ਵਿੱਚ ਧਾਗੇ ਬੁਣੋ ਅਤੇ ਦਿਖਾਏ ਅਨੁਸਾਰ ਟੇਪ ਲਗਾਓ। ਹੁਣ ਰੰਗਦਾਰ ਤਿੱਤਲੀ ਨੂੰ ਖੜ੍ਹਾ ਕਰੋ ਅਤੇ ਧਾਗੇ ਦੋਨੋਂ ਹੱਥਾਂ ਵਿੱਚ ਪਕੜੋ। ਬੜੇ ਆਰਾਮ ਨਾਲ ਧਾਗੇ ਖਿੱਚਣ ਅਤੇ ਛੱਡਣ 'ਤੇ ਤਿੱਤਲੀ ਆਪਣੇ ਖੰਭ ਹਿਲਾਵੇਗੀ। ਇਹ ਬਹੁਤ ਹੀ ਵਧੀਆ ਅਤੇ ਮਜ਼ੇਦਾਰ ਖਿਡੌਣਾ ਵੀ ਬਣਾਉਣਾ ਬਹੁਤ ਹੀ ਆਸਾਨ ਹੈ।